ਪੰਜਾਬ ਰਾਜ ਮਹਿਲਾ ਕਮਿਸ਼ਨ ਹੁਣ ਜਲਦੀ ਪੰਜਾਬ ਦੀ ਵੱਖ ਵੱਖ ਜੇਲ੍ਹਾਂ ਦਾ ਵਿਜ਼ਿਟ ਕਰਨਗੇ। ਚੇਅਰਪਰਸਨ ਮਹਿਲਾ ਰਾਜ ਪਰਸਨ ਕਮਿਸ਼ਨ ਦੇ ਰੀਜ਼ਨ ਕੀ ਹੈ? ਕਿਉਂਕਿ ਸਾਰਿਆਂ ਤੋਂ ਡਾਟਾ ਮੰਗਿਆ ਗਿਆ, ਜਿੰਨੀ ਵੀ ਵੁਮੈਨਸ ਜਿਹੜੀ ਕੈਦੀ ਨੇ ਜੇਲ੍ਹ 'ਚ ਬੰਦ ਨੇ ਉਹਨਾਂ ਦਾ ਪੂਰਾ ਡਾਟਾ ਮੰਗਿਆ ਗਿਆ, ਕਿੰਨੇ ਉਹਨਾਂ ਦੇ ਚਾਈਲਡਸ ਨੇ, ਕਿਸ ਤਰ੍ਹਾਂ ਸਾਰਾ ਗਰੁੱਪਸ ਨੂੰ ਲੈ ਕੇ ਇੱਕ ਇੱਕ ਪੁਆਇੰਟ 'ਤੇ ਡਾਟਾ ਜਿਹੜਾ ਉਹ ਮੰਗਿਆ ਗਿਆ। ਸਾਡੇ ਨਾਲ ਚੇਅਰਪਰਸਨ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮੈਡਮ, ਸਾਰਿਆਂ ਦਾ ਡਾਟਾ ਮੰਗਿਆ ਗਿਆ ਜਿੰਨੇ ਵੀ ਪੰਜਾਬ ਦੇ ਵੱਖ ਵੱਖ ਜੇਲ੍ਹਸ ਨੇ, ਰੀਜ਼ਨ ਕੀ ਹੈ? ਕਿਸ ਤਰ੍ਹਾਂ ਦਾ ਡਾਟਾ ਤੁਸੀਂ ਕਿਹਾ? ਉਹ ਵਿਜ਼ਿਟ ਦੀ ਵੀ ਗੱਲ ਕੀਤੀ ਜਾ ਰਹੀ ਕਿ ਤੁਸੀਂ ਜਲਦੀ ਵਿਜ਼ਿਟ ਵੀ ਕਰਨ ਵਾਲੇ ਹੋ? ਦੇਖੋ, ਇੱਦਾਂ ਕਿ ਅਸੀਂ ਜੇਲ੍ਹ ਅਥਾਰਟੀਜ਼ ਨੂੰ ਇੱਕ ਡਾਟਾ ਕਲੈਕਟਿੰਗ ਦੇ ਲਈ ਭੇਜਿਆ ਲੈਟਰ ਕਿ ਜਿੰਨੀਆਂ ਵੀ ਉੱਥੇ ਲੇਡੀਜ਼ ਨੇ, ਪ੍ਰੈਗਨੈਂਟ ਲੇਡੀਜ਼ ਕਿੰਨੀਆਂ ਨੇ, ਅਤੇ ਛੋਟੇ ਜਿਹੜੇ ਬੱਚੇ ਨੇ ਉਹਨਾਂ ਦੇ ਨਾਲ ਕਿਸ ਏਜ ਗਰੁੱਪ ਦੇ ਵਿੱਚ ਬੱਚੇ ਨੇ। ਇਹਦਾ ਮਕਸਦ ਸਿਰਫ ਇੱਕੋ ਹੀ ਹੈ ਕਿ ਜਿਹੜੇ ਉੱਥੇ ਫੈਸਿਲਿਟੀਜ਼ ਨੇ ਉਹ ਪ੍ਰੋਪਰ ਉਹਨਾਂ ਨੂੰ ਮਿਲ ਰਹੀਆਂ ਨੇ, ਕਿਉਂਕਿ ਜਿਹੜੇ ਇਨਮੇਟਸ ਨੇ ਉਹ ਜਿਹੜੇ ਪ੍ਰੈਗਨੈਂਟ ਵਿਮਨ ਨੇ ਸਪੈਸ਼ਲੀ, ਕਿ ਉਹਨਾਂ ਦੇ ਅੰਦਰ ਕਿਹੜੀ ਹੈਲਥ ਦੀਆਂ ਕੇਅਰ ਕਿੱਦਾਂ ਨੇ, ਛੋਟੇ ਬੱਚੇ ਨੇ ਉਹਨਾਂ ਦੇ ਲਈ, ਚਾਹੇ ਉਹਨਾਂ ਦੀ ਪੜ੍ਹਾਈ ਦਾ ਆ, ਚਾਹੇ ਸਿਹਤ ਦਾ ਆ, ਉਹ ਕਿਸ ਤਰੀਕੇ ਦੀਆਂ ਸੇਵਾਵਾਂ ਉੱਥੇ ਮੌਜੂਦ ਨੇ। ਇਸ ਦੇ ਲਈ ਅਸੀਂ ਸਾਡਾ ਦੌਰਾ ਜਿਹੜਾ ਬੜੀ ਜਲਦੀ ਸ਼ੁਰੂ ਹੋ ਜਾਏਗਾ ਹਰ ਜੇਲ੍ਹ ਦੇ ਅੰਦਰ। ਮੈਮ, ਕਿਉਂਕਿ ਹਾਈਕੋਰਟ ਦਾ ਵੀ ਇਹ ਕਿਹਦੇ ਵਿੱਚ ਸਾਹਮਣੇ ਆਇਆ ਕਿ ਜਿੰਨੀ ਵੀ ਇਨਮੇਟਸ ਨੇ ਉਹਨਾਂ ਦੇ ਜੋ ਵੀ ਕੋਈ ਪ੍ਰੈਗਨੈਂਟ ਹੁੰਦੀ ਹੈ, ਆਫਟਰ 1 ਈਅਰ ਉਹਨਾਂ ਨੂੰ ਜਿਹੜੀ ਬੇਲ, ਇੰਟਰਮ ਬੇਲ ਜਿਹੜੀ ਦਿੱਤੀ ਜਾਵੇ, ਇਸ ਫੈਸਲੇ ਨੂੰ ਕਿਸ ਤਰ੍ਹਾਂ ਤੁਸੀਂ? ਦੇਖੋ, ਇੱਕ ਸਾਡੇ ਜਸਟਿਸ ਹੈਗੇ ਨੇ ਅਨੂਪ ਚਿਤਕਾਰਾ ਜੀ, ਉਹਨਾਂ ਨੇ ਇੱਕ ਪ੍ਰੈਗਨੈਂਟ ਲੇਡੀ ਜਿਹੜੀ ਕਿ 24-year-old ਗਰਲ NDPS ਐਕਟ ਦੇ ਅੰਦਰ ਉਹ ਜੇਲ੍ਹ ਦੇ ਵਿੱਚ ਸੀਗੀ, ਉਸ ਕੇਸ ਦੇ ਅੰਦਰ ਉਹਨਾਂ ਨੇ ਜਜਮੈਂਟ ਪਾਸ ਕੀਤੀ ਹੈ ਕਿ ਹਰ ਔਰਤ ਜੋ ਵੀ ਪ੍ਰੈਗਨੈਂਟ ਹੈ ਜੇਲ੍ਹ ਦੇ ਅੰਦਰ ਹੈ, ਉਹਦੇ ਚ ਦੇਖਿਆ ਜਾਂਦਾ ਕਿ ਬੱਚੇ ਦਾ ਤੇ ਕੋਈ ਕਸੂਰ ਨਹੀਂ ਹੈ, ਜੇ ਉਹ ਪ੍ਰੈਗਨੈਂਟ ਹੈ ਉਸ ਨੂੰ 1 ਸਾਲ ਦੇ ਲਈ ਇੰਟਰਮ ਬੇਲ ਜਿਹੜੀ ਮਿਲਣੀ ਚਾਹੀਦੀ ਹੈ। ਔਰ ਉਹਨਾਂ ਦਾ ਇੱਕ ਬੜਾ ਅੱਛਾ ਇੱਕ ਸੈਂਟੈਂਸ ਔਰ ਨਾਰਾ ਜਿਹਾ ਵੀ ਕਹਿ ਦੋ ਤੁਸੀਂ, ਨੋ ਬਰਥ ਨੋ ਜੇਲਸ, ਕਿਉਂਕਿ ਜਿਹੜੀ ਇਹ ਜੇਲ੍ਹ ਦੇ ਅੰਦਰ ਜਿਹੜਾ ਬੱਚਾ ਪੈਦਾ ਹੁੰਦਾ ਨਾ, ਸਾਰੀ ਉਮਰ ਭਰ ਦੇ ਲਈ ਉਹਦਾ ਜਿਹੜਾ ਇੱਕ ਸਟਿਗਮਾ ਰਹਿ ਜਾਂਦਾ ਹੈ, ਹਾਲਾਂਕਿ ਉਹਦਾ ਕੋਈ ਦੋਸ਼ ਵੀ ਨਹੀਂ, ਉਹਦਾ ਕੋਈ ਦੋਸ਼ ਨਹੀਂ ਹੈ ਬੱਚੇ ਦਾ। ਤੋ ਜਿਹੜਾ ਹੈ ਐਕਟ 6 ਹੈਗਾ ਆਪਣਾ, ਉਹਦੇ ਅੰਦਰ ਵੀ ਇਸ ਜਿਹੜੀ ਲਿਮਿਟੇਸ਼ਨ ਐਕਟ ਹੈਗਾ ਉਹਦੇ ਅੰਦਰ ਵੀ ਆਉਂਦਾ ਕਿ ਜਿਹੜਾ ਅਨਬੋਰਨ ਚਾਈਲਡ ਹੈ ਨਾ, ਦੈ ਹੀ ਇਜ਼ ਆਲਸੋ ਕੰਸੀਡਰ ਟੂ ਬੀ ਅ ਮਾਈਨਰ ਚਾਈਲਡ, ਉਹਦੇ ਰਾਈਟਸ ਦਾ, ਉਹਦੇ ਇਹ ਦੇਖਣ ਦਾ ਵੀ ਉਸਦੇ ਉੱਤੇ ਕੋਈ ਪ੍ਰਭਾਵ ਨਾ ਪਵੇ ਕਿਸੇ ਚੀਜ਼ ਦਾ। ਤੇ ਇਸ ਕਰਕੇ ਜਿਹੜੀਆਂ ਵੀ ਲੇਡੀਜ਼ ਨੇ ਉਹ ਮਦਰ ਫੀਡ ਕਰ ਰਹੀ ਹੈ ਜਿਹੜੀ, ਈਵਨ ਆਫਟਰ ਯੋਰ ਡਿਲੀਵਰੀ ਆਲਸੋ 1 ਸਾਲ ਦਾ ਜਿਹੜਾ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ, ਬੇਲ ਦਿੱਤੀ ਜਾਣੀ ਚਾਹੀਦੀ ਹੈ। ਮੈਮ, ਇਸ ਵੇਲੇ ਜੇ ਆਪਾਂ ਗੱਲ ਕਰੀਏ ਪੰਜਾਬ ਦੀ, ਵੱਖ ਵੱਖ ਜੇਲ੍ਹਾਂ ਦੇ ਵਿੱਚ ਜਿੰਨਾ ਵੀ ਡਿਲੀਵਰੀ ਹੁੰਦੀ ਹੈ, ਬੱਚੇ ਵੀ ਉੱਥੇ ਹੀ ਉਹਨਾਂ ਦੀ ਕੇਅਰਿੰਗ ਹੁੰਦੀ ਹੈ, ਸਾਰੀ ਚੀਜ਼ਾਂ ਹੁੰਦੀਆਂ, ਤਾਂ ਕਹਿ ਸਕਦੇ ਹਾਂ ਆਪਣੇ ਆਪ 'ਚ ਇੱਕ ਜਿਹੜੀ ਹੈਗੀ ਨਵੀਂ ਚੀਜ਼ ਨਿਕਲ ਕੇ ਸਾਹਮਣੇ, ਕੌਨਫੀਡੈਂਸ ਲੈਵਲ ਜਾਂ ਬੱਚੇ ਦਾ ਵੀ ਜਾਂ ਪਰਿਵਾਰਿਕ ਮੈਂਬਰਸ ਦਾ ਵੀ ਕੌਨਫੀਡੈਂਸ ਜਿਹੜਾ ਹੈਗਾ ਉਹ? ਨਹੀਂ, ਦੇਖੋ ਇੱਦਾਂ ਆ ਕਿ ਜਿਹੜੀ ਫੈਸਿਲਿਟੀਜ਼ ਹੈਗੀਆਂ ਨੇ ਈਵਨ ਪ੍ਰੈਗਨੈਂਟ ਲੇਡੀਜ਼ ਲਈ, ਦੂਜੇ ਬੱਚਿਆਂ ਲਈ ਵੀ ਹੁੰਦੀਆਂ ਨੇ ਫੈਸਿਲਿਟੀਜ਼, ਪਰ ਜੋ ਇਨਵਾਇਰਮੈਂਟ ਇੱਕ ਬੱਚੇ ਨੂੰ ਘਰ ਦਾ ਮਿਲਦਾ ਆ ਜਾਂ ਉਹ ਟੈਨਸ਼ਨ ਫ੍ਰੀ ਮਿਲਦਾ ਆ, ਉਹਦੇ 'ਚ ਉਹ ਸਟਿਗਮਾ ਨਹੀਂ ਹੈ ਕਿ ਮੇਰਾ ਜਿਹੜਾ ਜਨਮ ਹੈ ਉਹ ਜੇਲ੍ਹ 'ਚ ਹੋਇਆ ਸੀਗਾ। ਇਹ ਸਿਰਫ ਨੂੰ ਦੂਰ ਕਰਨ ਦੇ ਲਈ ਉਹਨਾਂ ਨੇ, ਜਸਟਿਸ ਸਰਕਾਰੀ ਨੇ ਇਹ ਵੀ, ਜਸਟਿਸ ਚਿਤਕਾਰਾ ਨੇ ਇਹ ਵੀ ਗੱਲ ਕਹੀ ਹੈ ਨਾਲ ਕਿ ਕਿਤੇ ਕੋਈ ਅਸਮਾਨ ਨਹੀਂ ਗਿਰ ਜਾਏਗਾ ਜੇ ਥੋੜ੍ਹੀ ਦੇਰ ਲਈ ਉਹਨੂੰ ਡਿਲੇ ਕੀਤਾ ਜਾਏਗਾ, ਠੀਕ ਹੈ। ਔਰ ਜੋ ਕਿ ਬਹੁਤ ਅੱਛਾ ਹੈ, ਮੈਨੂੰ ਐਜ਼ ਏ ਪਰਸਨਲ ਐਜ਼ ਅ ਵੁਮਨ ਕਮਿਸ਼ਨ ਆਫਿਸ ਦੀ ਤਰਫ ਤੋਂ ਬਹੁਤ ਖੁਸ਼ੀ ਹੋਈ ਹੈ, ਐਂਡ ਆਈ ਲਾਊਡ ਕਿ ਜਿਹੜੇ ਅਨੂਪ ਚਿਤਕਾਰਾ ਜੀ ਨੇ ਡਿਸੀਜਨ ਦਿੱਤਾ ਇਟਸ ਵੈਰੀ ਗੁੱਡ, ਔਰ ਹਰ ਇੱਕ ਜਗ੍ਹਾ ਤੇ ਲਾਗੂ ਹੋਣਾ ਚਾਹੀਦਾ ਹੈ। ਇੱਕ ਪਿਛਲੇ ਦਿਨ ਆਂਕੜੇ ਵੀ ਸਾਹਮਣੇ ਆਏ ਸੀਗੇ ਕਿ ਅੱਜ ਕੱਲ ਜੇ ਆਪਾਂ ਪੰਜਾਬ ਦੇ ਨਾਲ ਨਾਲ ਦੂਜੇ ਸਟੇਟ ਦੀ ਵੀ ਗੱਲ ਕਰ ਲਈਏ, ਲੇਡੀਜ਼ ਦੀ ਬਹੁਤ ਇਨਵੋਲਵਮੈਂਟਸ ਨੇ, ਯਾਨੀ ਕਿਸੇ ਵੀ ਕੋਈ ਵੀ ਖੀਨੀਅਸ ਕ੍ਰਾਈਮ ਹੋਵੇ, ਖਾਸ ਤੌਰ ਤੇ NDPS ਐਕਟ 'ਚ ਵੀ ਕਾਫੀ ਇਨਵੋਲਵਮੈਂਟ ਰਹੀ ਹੈ, ਔਰ ਜੇਲ੍ਹਾਂ 'ਚ ਜਿਹੜੀ ਮਹਿਲਾਵਾਂ ਦਾ ਡਾਟਾ ਹੈ ਉਹ ਵੀ ਵੱਧ ਰਿਹਾ, ਕਿਸ ਤਰ੍ਹਾਂ ਦੇਖਦੇ? ਬਿਲਕੁਲ ਠੀਕ ਹੈ, ਆਈ ਥਿੰਕ ਇਹ ਕ੍ਰਾਈਮ ਰੇਟ ਜਿਹੜਾ ਹੈ ਵਿਦ ਦ ਵਿਮਨ ਇਹ ਵੀ ਥੋੜਾ ਜਿਹਾ ਵੱਧ ਗਿਆ ਹੈ ਕਾਫੀ, ਪਰ ਇਹ ਇੱਕ ਸੈਪਰੇਟ ਟੌਪਿਕ ਹੈ ਕਿ ਇਹਨੂੰ ਇਹ ਕਿਉਂ ਵਧਿਆ, ਕੀ ਕਾਰਨਾਂ ਕਰਕੇ ਵਧਿਆ, ਉਹ ਇੱਕ ਸੈਪਰੇਟ ਟੌਪਿਕ, ਉਹਦੀ ਇਨਕੁਆਇਰੀ ਚੱਲਦੀ ਹੈ ਤੇ ਉਹ ਦੇਖਦੇ ਨੇ, ਪਰ ਯੈਸ ਯੂ ਆਰ ਰਾਈਟ ਕਿ ਵਿਮਨ ਦੀ ਜਿਹੜੀ ਪਾਰਟਿਸਿਪੇਸ਼ਨ ਕ੍ਰਾਈਮ ਹੈ ਉਹ ਵੱਧ ਗਈ ਹੈ ਕਾਫੀ। ਹਾਂਜੀ, ਇੱਕ ਕਿਉਂਕਿ ਲਗਾਤਾਰ ਵਿਵਾਦ ਚੱਲ ਰਿਹਾ, ਕੰਗਨਾ ਰਣੌਤ ਦੀ ਅਸੀਂ ਗੱਲ ਕਰ ਲਈਏ, ਕੁਲਵਿੰਦਰ ਕੌਰ ਦੀ ਕਰ ਲਈਏ, ਕਾਫੀ ਵਿਵਾਦ ਹੋਇਆ, ਹਾਲਾਂਕਿ ਹੁਣ ਲਗਾਤਾਰ ਇਸਮੇ ਇਹਦੇ ਵਿੱਚ ਇਨਵੈਸਟੀਗੇਸ਼ਨ SIT ਵੀ ਬਣਾਈ ਗਈ ਹੈ, ਇਹ ਸਾਰਾ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਕਿਉਂਕਿ ਕੁਲਵਿੰਦਰ ਕੌਰ ਵੀ ਇੱਕ ਪੁਲਿਸ ਮੁਲਾਜ਼ਮ ਰਹੀ ਹੈ,
ਕੰਗਨਾ ਰਣੌਤ ਇੱਕ MP ਹੈ, ਇਹ ਸਾਰਾ ਵਿਵਾਦ ਹੋਇਆ, ਇਹ ਐਜ਼ ਅ ਚੇਅਰਪਰਸਨ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਸਰ? ਦੇਖੋ, ਇਸ ਤਰੀਕੇ ਦੇ ਨਾਲ ਹੈ ਕਿ ਜਿਹੜੀ ਕੁਲਵਿੰਦਰ ਇਜ਼ ਇਨ ਯੂਨੀਫਾਰਮ, ਠੀਕ ਹੈ ਨਾ, ਚਾਹੇ ਸਾਡੀਆਂ ਕੋਈ ਵੀ ਫੋਰਸਿਸ ਹੋਣ, ਜਿਹੜੀ ਯੂਨੀਫਾਰਮ ਫੋਰਸਿਸ ਹੁੰਦੀਆਂ ਨੇ, ਇਹਨਾਂ ਦੇ ਆਪਣੇ ਰੂਲ ਰੈਗੂਲੇਸ਼ਨ, ਇਹਨਾਂ ਦੇ ਆਪਣੀ ਕੈਲਕੂਲੇਸ਼ਨ ਹੁੰਦੀਆਂ ਨੇ ਟੂ ਡੀਲ ਵਿਦ ਇਨਸਬਾਰਡੀਨੇਸ਼ਨ ਔਰ ਜਾਂ ਇਨਡਿਸਿਪਲਿਨ ਔਰ ਐਨੀ ਅਦਰ ਥਿੰਗ, ਤੇ ਉਹਨਾਂ ਦਾ ਉਹ ਚੱਲ ਰਿਹਾ। ਉਸ ਚੀਜ਼ ਤੇ ਤਾਂ ਮੈਂ ਇਸ ਚੀਜ਼ ਨੂੰ ਨਹੀਂ ਟੱਚ ਕਰਾਂਗੀ, ਕਿਉਂਕਿ ਉਹ ਜਦੋਂ ਫੈਕਟ ਸਾਹਮਣੇ ਆਉਣਗੇ ਉਦੋਂ ਹੀ ਆਉਣਗੇ, ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਸਾਰਾ। ਮਗਰ ਹਾਂ, ਇੱਕ ਜ਼ਿੰਮੇਵਾਰੀ ਦੀ ਇੱਕ ਸਟੇਟਮੈਂਟ ਨਹੀਂ ਸੀ ਜਿਹਦਾ ਕਹਿਣਾ ਕਿ ਸਾਰੇ ਕਿਸਾਨ ਜਿਹੜੇ ਨੇ ਇਹ ਖਾਲਿਸਤਾਨੀ ਨੇ ਜਾਂ ਇਹ ਟੈਰਰਿਸਟ ਨੇ ਜਾਂ ਕੁਛ ਵੀ, ਚਾਹੇ ਕਿਸਾਨ ਯੂਪੀ ਦਾ ਹੋਵੇ, ਪੰਜਾਬ ਦਾ ਹੋਵੇ, ਚਾਹੇ ਕਿਸੇ ਵੀ ਪਾਰਟ ਦਾ ਹੋਵੇ, ਕਿਸਾਨ ਇੱਕ ਅੰਨਦਾਤਾ ਆ। ਉਹਨਾਂ ਦੇ ਲਈ ਇਹੋ ਜਿਹੇ ਸ਼ਬਦ ਜਿਹੜੇ ਨੇ, ਇਹ ਭੜਕਾਊ ਜਿਹੇ ਸ਼ਬਦ ਬੋਲਣੇ, ਇਹ ਬਿਲਕੁਲ ਠੀਕ ਨਹੀਂ ਹੈ। ਇਹਨਾਂ ਦੇ ਪਿੱਛੇ ਮਨਸ਼ਾ ਕੀ ਹੈ ਇਹ ਉਹਨਾਂ ਨੂੰ ਵੀ ਪਤਾ ਹੋਏਗਾ। ਔਰ ਜਦੋਂ ਸਾਡੀ ਗੱਲ ਆ ਜਾਂਦੀ ਹੈ ਇੱਕ ਉਸ ਬੇਟੀ ਦੀ, ਕਿ ਉਹਦੀ ਮਾਂ ਉੱਥੇ ਧਰਨੇ ਤੇ ਬੈਠੀ ਸੀ ਤੇ ਉਹਨੂੰ ਬਹੁਤ ਅਫਸੋਸ ਹੈ ਕਿ ਉਹਦੀ ਮਾਂ ਦੇ ਲਈ ਇਹ ਸ਼ਬਦ ਵਰਤੇ ਗਏ ਕਿ 100-100 ਰੁਪਈਆ ਲੈ ਕੇ ਉੱਥੇ ਧਰਨੇ ਤੇ ਬੈਠੀਆਂ ਸੀ। ਦੇਖੋ, ਮਾਂ ਜਿਹੜੀ ਹੈ ਨਾ, ਇਹ ਜਦੋਂ ਮਾਂ ਦੀ ਗੱਲ ਆ ਜਾਂਦੀ ਹੈ ਨਾ ਤੇ ਗਰਾਰੀ ਇੱਥੇ ਹੀ ਅੜ ਜਾਂਦੀ ਹੈ। ਤੇ ਜਿਹੜਾ ਕੁਲਵਿੰਦਰ ਨੇ ਐਕਟ ਕੀਤਾ, ਉਹਨੇ ਇਮੋਸ਼ਨਲ ਹੋ ਕੇ ਕੀਤਾ ਇਸ ਦਾ, ਔਰ ਕੋਈ ਵੀ ਲੜਕੀ ਉਸ ਸਿਚੁਏਸ਼ਨ 'ਚ ਹੋਏਗੀ ਉਹ ਇਸ ਚੀਜ਼ ਨੂੰ ਫੀਲ ਕਰੇਗੀ ਕਿ ਮੇਰੀ ਮਾਂ ਨੂੰ ਕਿਸੇ ਨੇ ਇੰਨੇ ਅਪਸ਼ਬਦ ਬੋਲੇ ਗਏ ਨੇ। ਤੇ ਕਈ ਚੀਜ਼ਾਂ ਨੇ, ਹਾਲਾਂਕਿ ਕਈ ਪੁਆਇੰਟਸ ਤੇ ਲਗਾਤਾਰ ਚੇਅਰਪਰਸਨ ਪੰਜਾਬ ਦੇ ਮਹਿਲਾ ਰਾਜ ਕਮਿਸ਼ਨ ਦੇ ਚੇਅਰਪਰਸਨ ਵੱਲੋਂ ਗੱਲਬਾਤ ਕੀਤੀ ਗਈ ਹੈ, ਇਹਦੇ ਵਿੱਚ ਬਹੁਤ ਜ਼ਰੂਰੀ ਹੈ ਜਿੱਦਾਂ ਮੈਮ ਨੇ ਵੀ ਦੱਸਿਆ ਕਿ ਜਿੰਨੀ ਵੀ ਪੰਜਾਬ ਦੀ ਜੇਲ੍ਹਾਂ ਨੇ ਉਹਦੇ ਵਿੱਚ ਹੁਣ ਜਲਦ ਹੀ ਵਿਜ਼ਿਟ ਕੀਤਾ ਜਾਵੇਗਾ। ਜਿੰਨੀ ਵੀ ਪ੍ਰੈਗਨੈਂਟ ਵੂਮੈਨਸ ਨੇ ਉਹਨਾਂ ਦਾ ਪੂਰਾ ਡਾਟਾ ਜਿਹੜਾ ਹੈ ਉਹ ਜਿਹੜਾ ਮੰਗਿਆ ਗਿਆ, ਕਿੰਨੇ ਪ੍ਰੈਗਨੈਂਟਸ ਨੇ, ਉਹਨਾਂ ਦੇ ਕਿੰਨੇ ਬੱਚੇ ਹੈ, ਕਿਸ ਤਰ੍ਹਾਂ ਦੀ ਕੇਅਰਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ, ਜਿਹੜਾ ਕੋਰਟ ਦਾ ਜਿਹੜਾ ਆਰਡਰ ਆਇਆ ਉਹਦੇ ਵਿੱਚ ਕਿਸ ਤਰ੍ਹਾਂ ਕਾਫੀ ਚੀਜ਼ਾਂ ਦੇਖੀ ਗਈ ਹੈ, ਸਾਰੀ ਚੀਜ਼ਾਂ ਨੂੰ ਲੈ ਕੇ ਜਲਦ ਹੀ ਵਿਜ਼ਿਟ ਕੀਤਾ ਜਾਏਗਾ ਔਰ ਸੀਨੀਅਰ ਅਧਿਕਾਰੀਆਂ ਦੇ ਨਾਲ ਜਲਦ ਹੀ ਇਹਦੇ ਵਿੱਚ ਮੀਟਿੰਗਸ ਵੀ ਕੀਤੀ ਜਾਣੀਆਂ। ਮੋਹਾਲੀ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।